ਵੀ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਆਪਾਂ ਚੱਲੇ ਹਾਂ ਰਾਏਕੋਟ ਥੋੜ੍ਹਾ ਜਿਹਾ ਹੈਗਾ ਉੱਥੇ ਕੰਮ ਸਿਸਟਰ ਨੂੰ ਵੀ ਨਾਲ ਨੇ ਆਪਣੇ ਅਤੇ ਆਪਾਂ ਚੱਲੇ ਹਾਂ ਰਾਏਕੋਟ ਨੂੰ ਅਤੇ ਆਪਾਂ ਘਰੋਂ ਗੱਡੀ ਕੱਢ ਚੁੱਕੇ ਹਾਂ ਅਤੇ ਹੁਣ ਚੱਲਦੇ ਹਾਂ ਆਪਾਂ ਰਾਏਕੋਟ ਆਪਾਂ ਪਹੁੰਚ ਗਏ ਹਾਂ ਅਤੇ ਹੁਣ ਚੱਲਦੇ ਹਾਂ ਬਾਜ਼ਾਰ 'ਚ ਨੂੰ ਆਪਾਂ ਜੀ ਬਾਜ਼ਾਰ 'ਚ ਆ ਚੁੱਕੇ ਹਾਂ ਸਿਰਫ ਇੱਕ ਕੈਪ ਲਿਆ ਕੇ ਆਉਂਦੀ ਆਪਾਂ ਸਿਸਟਰ ਨੇ ਕਰਾਉਣੇ ਆ ਟੈਸਟ ਬਲੱਡ ਦੇ ਅਤੇ ਉਹ ਬਲੱਡ ਦੇ ਟੈਸਟ ਕਰਵਾਉਣਗੇ ਚੱਲਦੇ ਆਪਾਂ ਨੂੰ ਹੋ ਚੁੱਕਿਆ ਬਹੁਤ ਜ਼ਿਆਦਾ ਟਾਈਮ ਸਿਸਟਰੀਆਂ ਦੀ ਵੇਟ ਕਰਦਿਆਂ ਨੂੰ ਅਤੇ ਆਪਾਂ ਬੈਠੇ ਸੀਗੇ ਅਤੇ ਆਪਾਂ ਇੱਕ ਗੱਲ ਨੋਟ ਕੀਤੀ ਕਿ ਗੱਡੀ ਦੇ ਉੱਤੇ ਦਾਗ ਬਹੁਤ ਪਏ ਪਏ ਨੇ ਸ਼ੀਸ਼ਿਆਂ 'ਤੇ ਅਤੇ ਗੱਡੀ ਹੋਈ ਵੀ ਆ ਧੋਣ ਵਾਲੀ ਦੇਖਦੇ ਹਾਂ ਗੱਡੀ ਧੋਵਾਂਗੇ ਅੱਜ ਤਾਂ ਜਦ ਉਹਨੂੰ ਟਾਈਮ ਬਹੁਤ ਜ਼ਿਆਦਾ ਹੋ ਜਾਣਾ ਅਤੇ ਆਪਾਂ ਫਿਰ ਹੁਣ ਕੱਲ੍ਹ ਨੂੰ ਧੋਵਾਂਗੇ ਗੱਡੀ ਆਪਾਂ ਇੱਕ ਹੋਰ ਚੀਜ਼ ਲਵਾਈ ਸੀ ਗੱਡੀ ਦੇ ਵਿੱਚ ਮੋਬਾਈਲ ਹੋਲਡ ਕਰਨ ਵਾਸਤੇ ਯਾਰ ਇਹਨੇ ਬਹੁਤ ਧੋਖਾ ਕੀਤਾ ਅਤੇ ਮੋਬਾਈਲ ਟੰਗਦਿਆਂ ਤਾਂ ਇਹ ਉੱਤੇ ਥੱਲੇ ਹੋ ਜਾਂਦਾ ਇਹਦੇ ਉੱਤੇ ਵੀ ਲਾ ਕੇ ਕੀਤੀਆਂ ਸੀਗੀਆਂ ਫੁਟੇ ਲਈ ਸੀਗੀ ਰਾਸਤੇ 'ਚ ਉਹਨਾਂ ਨੇ ਤੁਸੀਂ ਦੇਖ ਕੇ ਦੱਸਿਓ ਵੀ ਸਹੀ ਆ ਜਾਂ ਨਹੀਂ ਉਹ ਵਾਈਬ੍ਰੇਸ਼ਨ ਥੋੜ੍ਹੀ ਜ਼ਿਆਦਾ ਹੀ ਕਰਦਾ ਅਤੇ ਫੋਨ ਕੋਈ ਘਾਟਾ ਪੈ ਗਿਆ ਹੁਣ ਰੈਕੋਰਡ ਦੇ ਸਾਰੇ ਕੰਮ ਆਪਾਂ ਨਿਬੇੜ ਕੇ ਚੱਲੇ ਹੁਣ ਪਿੰਡ ਨੂੰ ਅਤੇ ਹੁਣ ਬੰਦ ਹੋ ਚੁੱਕਿਆ ਗਾ ਰੈਕੋਰਡ ਤਾਂ ਤਕਰੀਬਨ ਸਾਰਾ ਕਿਉਂਕਿ ਲੋਕਡਾਊਨ ਦਾ ਟਾਈਮ ਹੋ ਚੁੱਕਿਆ ਗਾ ਆਪਾਂ ਵੀ ਹੁਣ ਘਰ ਨੂੰ ਚੱਲਦੇ ਹਾਂ ਬੱਸ ਸਟੈਂਡ ਖਾਲੀ ਖਾਲੀ ਪਿਆ ਗਾ